ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਫੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਅੱਜ ਦੇ ਤਾਜ਼ਾ ਵੱਡੀ ਖਬਰ ਆਸਟ੍ਰੇਲੀਆ ਤੋਂ ਆਈ ਵੱਡੀ ਖਬਰ ਸਰਕਾਰ ਵੱਲੋਂ ਵੱਜੀ ਹੈ ਖਤਰੇ ਦੀ ਘੰਟੀ ਹੋ ਜਾਓ ਸਾਵਧਾਨਤਾ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਵੱਡੀ ਖਬਰ ਦੀ ਜਾਣਕਾਰੀ ਤੁਹਾਨੂੰ ਪ੍ਰਾਪਤ ਹੋ ਸਕੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਆਸਟ੍ਰੇਲੀਆ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਜਿੱਥੇ ਸਰਕਾਰ ਵੱਲੋਂ ਵੱਜੀ ਹੈ ਖਤਰੇ ਦੀ ਘੰਟੀ ਆਸਟ੍ਰੇਲੀਆ ਜਿੱਥੇ ਬਹੁਤ ਖੂਬਸੂਰਤ ਦੇਖਦੇ ਉੱਥੇ ਹੀ ਬਹੁਤ ਹੁਣ ਇਕੱਠੇ ਦੋ ਤੂਫਾਨਾਂ ਦੇ ਆਉਣ ਦੀ ਚੇਤਾਵਨੀ ਸਰਕਾਰ ਦੇ ਵੱਲੋਂ ਦਿੱਤੀ ਗਈ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਖਤਰੇ ਨੂੰ ਦੇਖਦੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਥਾਮਾਂ ਤੇ ਲਜਾਣ ਦੇ ਆਦੇਸ਼ ਦਿੱਤੇ ਗਏ ਹਨ ਤੇ ਆਸਟ੍ਰੇਲੀਆ ਖੇਤਰ ਵਿੱਚ ਇਸ ਸੀਜ਼ਨ ਦਾ 7ਵਾਂ ਚੱਕਰਵਾਤ ਐਂਤਬਾ ਨੂੰ ਆਸਟ੍ਰੇਲੀਆ ਪਹੁੰਚਣ ਦਾ ਇਸ ਚੱਕਰਵਾਤ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਤੇ ਚੱਕਰਵਾਤ ਸਰੀਜਾ ਦੇ ਚੱਲਦਿਆਂ ਹੋਇਆਂ 93 ਮੀਲ ਪ੍ਰਤੀ ਘੰਟੇ ਦੇ ਰਫਤਾਰ ਦੇ ਨਾਲ ਹਵਾਵਾਂ ਚੱਲ ਸਕਦੀਆਂ ਤੇ ਇਸ श्रेणी ਵਿੱਚ ਤਿੰਨ ਤੂਫਾਨ ਬਣਨ ਦਾ ਖਦ사 ਜ਼ਾਹਿਰ ਕੀਤਾ ਗਿਆ ਹੈ